ਫਿਲੌਰ ਅਕਲਪੁਰ ਰੋਡ ਮਹੱਲਾ ਬ੍ਰਹਮਪੁਰੀ ਵਿੱਚ 2-13 ਵਿਚਕਾਰ ਹੋਈ ਜੰਮ ਕੇ ਲੜਾਈ ਚੱਲੇ ਤੇਜ਼ ਹਥਿਆਰ। ਫਿਲੌਰ ਦੇ ਅਕਲਪੁਰ ਰੋਡ ਮਹੱਲਾ ਬ੍ਰਹਮਪੁਰੀ ਵਿੱਚ ਕਿਸੇ ਮਾਮੂਲੀ ਜਿਹੇ ਗੱਲ ਨੂੰ ਲੈ ਕੇ 2-13 ਵਿੱਚ ਜੰਮ ਕੇ ਲੜਾਈ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਨ ਮੰਗਲਵਾਰ ਸ਼ਾਮ ਦੇ ਟਾਈਮ ਗਗਨਦੀਪ ਸਿੰਘ ਪੁੱਤਰ ਜੋਗਾ ਸਿੰਘ ਅਤੇ ਕੋਹੇਨੂਰ ਸਿੰਘ ਪੁੱਤਰ ਸਤਨਾਮ ਸਿੰਘ ਦਾ ਮੋਟਰਸਾਈਕਲ ਡਿੱਗਣ ਨੂੰ ਲੈਣ ਕੇ ਬਹਿਸਬਾਜ਼ੀ ਹੋ ਗਈ ਅਤੇ ਇਹ ਬਹਿਸ਼ਬਾਜ਼ੀ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਗਈ। ਇਸ ਲੜਾਈ ਨੂੰ ਮਹੱਲਾ ਵਾਸੀਆਂ ਨੇ ਹਟਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਵੀ ਬੇਵਸ ਹੋ ਗਏ। ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਕੋਹੇਨੂਰ ਕੋਲ ਬਾਹਰੋਂ ਆਏ ਮੁੰਡਿਆਂ ਨੇ ਬਹੁਤ ਅੱਤ ਮਚਾਈ। ਉਹਨਾਂ ਨੇ ਤੇਜ਼ ਹਥਿਆਰਾਂ ਨਾਲ ਜੋਗਾ ਸਿੰਘ ਅਤੇ ਉਸਦੀ ਘਰਵਾਲੀ ਮਨਜੀਤ ਕੌਰ ਅਤੇ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਨੂੰ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਉਹਨਾਂ ਨੇ ਕਿਸੇ ਘਰ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ। ਜਿਸ ਘਰ ਵਿੱਚ ਉਹ ਲੁਕੇ ਸਨ, ਉਸ ਘਰ ਦਾ ਮੇਨ ਗੇਟ ਵੀ ਹਮਲਾਵਰ ਤੇਜ਼ ਹਥਿਆਰਾਂ ਨਾਲ ਵੱਢ ਗਏ। ਉਸ ਤੋਂ ਬਾਅਦ ਬੀਤੀ ਰਾਤ ਉਸੇ ਮਹੱਲੇ ਵਿੱਚ ਬੀਜੇਪੀ ਦੇ ਆਗੂ ਸੁਖਵਿੰਦਰ ਕੁਮਾਰ ਦੇ ਘਰ ਤੇ ਕੁਝ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ। ਇੱਟਾਂ ਪੱਥਰ ਚਲਾਏ ਅਤੇ ਤੇਜ਼ ਹਥਿਆਰਾਂ ਨਾਲ ਉਹਨਾਂ ਦੇ ਘਰ ਦਾ ਮੇਨ ਗੇਟ ਵੀ ਵੱਢ ਗਏ। ਸੁਖਵਿੰਦਰ ਕੁਮਾਰ ਦੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਥਾਣਾ ਫਿਲੌਰ ਦੇ SHO ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਲੜਾਈ ਵਿੱਚ ਜ਼ਖਮੀ ਹੋਏ ਦੋਨਾਂ ਧਿਰਾਂ ਦੇ ਵਿਅਕਤੀ ਸਿਵਲ ਹਸਪਤਾਲ ਫਿਲੌਰ ਵਿੱਚ ਜੇਰੇ ਇਲਾਜ ਹਨ। ਉੱਧਰ ਮਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ, ਕਿਹਾ ਸਾਡੇ ਮਹੱਲੇ ਚੋਂ ਗੁੰਡਾਗਰਦੀ ਖਤਮ ਕੀਤੀ ਜਾਏ। ਇਸ ਕੇਸ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਫਿਲੌਰ ਦੇ SHO ਸਰਦਾਰ ਸੁਖਦੇਵ ਸਿੰਘ ਨੇ ਦੱਸਿਆ, ਇਹ ਸਾਰਾ ਮਾਮਲਾ ਫਿਲੌਰ ਪੁਲਿਸ ਦੇ ਧਿਆਨ ਵਿੱਚ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਪਰ ਕੀ ਨਾਮ ਆ ਤੁਹਾਡਾ? ਕੋਹੇਨੂਰ ਸਿੰਘ। ਕੋਹੇਨੂਰ ਸਿੰਘ। ਅੱਛਾ, ਕੀ ਸਾਡਾ ਲੜਾਈ ਹੋਈ, ਕੀ ਸਾਡਾ ਮਾਮਲਾ ਸੀਗਾ? ਇਹ ਜਨਮਦਿਨ ਦੀ ਪਾਰਟੀ ਕਰ ਰਹੇ ਸੀ। ਓਕੇ। ਮੋਟਰਸਾਈਕਲ ਖੜਾ ਦਰਾਂ ਮੂਹਰੇ ਸਾਡੇ। ਅੱਛਾ। ਗੁਆਂਢੀਆਂ ਦਾ ਮੁੰਡਾ ਆਣ ਕੇ ਟੈਂਪੂ ਵੱਜਾ, ਮੋਟਰਸਾਈਕਲ ਡਿੱਗਿਆ, ਕਿਹਦਾ ਮੋਟਰਸਾਈਕਲ ਡਿੱਗਿਆ, ਉਹਨਾਂ ਹੱਥੋਂ ਵਾਈ ਹੋਈ। ਮੈਂ ਤਾਂ ਅੰਦਰ ਸੀ, ਮੈਂ ਕਦੋਂ ਬਾਹਰ ਆਇਆ। ਓਕੇ। ਅਤੇ ਉਦੋਂ ਲੜ ਸੁੱਕ ਚੁੱਕੇ, ਮੇਰੇ ਵੀ ਮਾਰਿਆ, ਉਹਨਾਂ ਦੇ ਵੀ 6-7 ਮੁੰਡੇ ਸੀ, ਸਾਡੇ ਵੀ 2-4 ਮੁੰਡੇ ਸੀ। ਅੱਛਾ ਜੀ। ਇੱਕ ਦੂਜੇ ਨਾਲ ਹੱਥ ਪਾਈ ਹੋਏ, ਉਹਨਾਂ ਨੇ ਵਿਕਟਾਂ ਮਾਰੀਆਂ, ਜੋ ਹੱਥ ਆਇਆ ਸਾਰਿਆਂ ਨੇ ਮਾਰੇ ਜੀ। ਠੀਕ ਆ। ਜਨਮਦਿਨ ਦੀ ਪਾਰਟੀ ਤੁਸੀਂ ਕਰ ਰਹੇ ਸੀ? ਹਾਂਜੀ। ਅਸੀਂ ਆਪਣੇ ਘਰਾਂ ਮੂਹਰੇ ਸੀ, ਸਾਡੇ ਘਰਾਂ ਮੂਹਰੇ ਟੈਂਪੂ ਬੈਕ ਕਰਦੇ ਨੇ ਮਾਰਿਆ। ਅੱਛਾ ਜੀ। ਠੀਕ। ਓਕੇ। ਸਦਾ ਜੀ ਕੀ ਨਾਮ ਆ ਤੁਹਾਡਾ? ਜੋਗਾ ਸਿੰਘ ਜੀ। ਕੀ ਗੱਲ, ਕੀ ਹੋ ਗਈ ਤੁਹਾਡਾ ਦੇ ਹਮਲਾ, ਕੀ ਚੱਕਰ ਹੈ? ਇਹ ਮੁੰਡਾ ਆਇਆ ਸੀ ਜੀ ਕੰਮ ਤੋਂ। ਓਕੇ। ਆਟੋ ਲੈ ਕੇ ਇਹ ਕਿਤੇ ਬੈਕ ਕਰਨ ਲੱਗਿਆ, ਕਿਤੇ ਉਹਨਾਂ ਦਾ ਮੋਟਰਸਾਈਕਲ ਟੇਢਾ ਖੜਾ ਸੀ, ਕਿਤੇ ਨਾਲ ਲੱਗ ਗਿਆ, ਮੁੰਡੇ ਨੇ ਖੜਾ ਵੀ ਕਰਿਆ ਉਹਦਾ ਮੋਟਰਸਾਈਕਲ। ਓਕੇ। ਉਹ ਗਾਲਾਂ ਕੱਢਣ ਲੱਗ ਗਏ ਅਤੇ ਮੈਂ ਅੰਦਰੋਂ ਆ ਕੇ ਉਹਨਾਂ ਨੂੰ ਕਿਹਾ ਵੀ ਗਾਲਾਂ ਕਦੇ ਕੱਢ ਦਿਓ, ਉਹਨਾਂ ਨੇ ਵਾਰ ਕਰਨਾ ਚਾਲੂ ਕਰਤਾ ਜੀ ਸਾਡੇ 'ਤੇ। ਓਕੇ। ਉਹ ਫਿਰ 4-5 ਮੁੰਡੇ ਮੋਟਰਸਾਈਕਲਾਂ 'ਤੇ ਆਏ, ਦਾਤ ਸੀਗਾ ਉੱਥੇ ਪੁੱਛ ਸੀਗਾ, ਮੁੰਡੇ ਦੇ ਵੀ ਮਾਰੇ, ਮੇਰੇ ਵੀ ਮਾਰੇ, 8-10 ਨੇ ਪੈ ਗਏ, ਮੈਨੂੰ ਲੱਗੀ ਸੀ ਬਾਂਹ 'ਤੇ, ਦਾਤਾਂ ਮਾਰੀਆਂ ਇੱਥੇ ਪਿੱਛੇ ਟੂਈ 'ਤੇ ਮਾਰੀ। ਓਕੇ। ਹਮਲਾ ਕਰਕੇ ਪੁਲਿਸ ਨੂੰ ਵੀ ਫੋਨ ਕਰ ਰਹੇ ਹਾਂ, ਉਹ ਕਹਿੰਦੇ ਸਿਵਲ 'ਤੇ ਜਾਓ, ਸਿਵਲ 'ਚ ਆ ਕੇ ਹਜੇ ਕੋਈ ਹੱਲ ਨਹੀਂ ਹੋ ਰਿਹਾ। ਓਕੇ। ਭੈਣ ਜੀ, ਤੁਹਾਡੇ ਘਰ ਦੇ ਨੇ ਨਜ਼ਦੀਕ ਲੜਾਈ ਹੋਈ ਆ ਦੋ ਪਰਿਵਾਰਾਂ ਦੇ ਵਿੱਚ, ਹੈ ਨਾ? ਤੁਸੀਂ ਮੌਕੇ 'ਤੇ ਸੀ, ਕੀ ਸਾਰਾ ਮਾਮਲਾ ਹੈਗਾ ਇਹ?
ਇਹ ਭਾਜੀ ਮੁੰਡਾ ਆਇਆ ਉਹਨਾਂ ਨੇ, ਅਸੀਂ ਸਾਡੇ ਅੰਦਰ ਨੱਠ ਕੇ ਵੜ ਗਏ, ਉਹਨਾਂ ਨੇ ਸਾਨੂੰ ਵੀ ਫੜਿਆ ਤੇ ਸਾਨੂੰ ਵੀ ਵਿੱਚੇ ਕੁੱਟਿਆ, ਸਾਡੀ ਗੁੜੀਆ ਨੂੰ ਵੀ ਕੁੱਟਿਆ। ਕੌਣ ਕੁੱਟ ਰਹੇ ਸੀਗੇ? ਇੱਕ ਤਾਂ ਉਹ ਇੱਕ ਦੋ ਪਾਰਟੀਆਂ ਗਈਆਂ ਹਸਪੀਟਲ, ਇੱਕ ਤਾਂ ਸਰਦਾਰ ਨੌਜਵਾਨ ਹੈਗਾ, ਇੱਕ ਮੋਨਾ ਹੈਗਾ ਤੇ ਇੱਕ ਉਹਦਾ ਪਾਪਾ ਹੈਗਾ ਸਰਦਾਰ ਹੈਗੇ ਆ। ਸਰਦਾਰ ਦੇ ਨਾਲ ਹੀ ਸੀ ਮੁੰਡੇ। ਓਕੇ, ਜਿਹੜਾ ਜੰਗਮੈਨ ਆ ਨਾ? ਹਾਂਜੀ। ਓਕੇ, ਉਹਦਾ ਘਰ ਲੱਗ ਗਈ ਇੱਥੇ? ਹਾਂਜੀ, ਉਹ ਨਾਲ ਹੀ ਆ ਘਰ। ਲੜਾਈ ਕਿਹੜੀ ਵਜ੍ਹਾ ਤੋਂ ਹੋਈ ਇਹਨਾਂ ਦੀ? ਇਹਨਾਂ ਦੇ ਭਾਜੀ ਪਤਾ ਨਹੀਂ ਲੜਦੇ ਸੀ ਬਾਹਰ ਮੋਟਰਸਾਈਕਲ ਤੋਂ, ਕਹਿੰਦਾ ਸਾਡੀ ਮੋਟਰਸਾਈਕਲ ਵਿੱਚ ਤੂੰ ਆਟੋ ਮਾਰੀ, ਉਹ ਕਹਿੰਦਾ ਚਲ ਗਲਤੀ ਹੋ ਗਈ ਬਾਜੀ ਦੀ, ਉਹਨਾਂ ਨੇ ਮੁੰਡਾ ਫੜ ਲਿਆ, ਮੁੰਡਾ ਫੜ ਲਿਆ, ਮੁੰਡਿਆਂ ਛੱਡਿਆ ਡੈਡੀ ਫੜ ਲਿਆ, ਅਸੀਂ ਤਾਂ ਇਹੀ ਕਹਿੰਦੇ ਸੀ ਛੱਡ ਦਿਓ ਛੱਡ ਦਿਓ। ਅੱਛਾ ਜੀ, ਉਹਨਾਂ ਨੇ ਸਾਨੂੰ ਵੀ ਵਿੱਚੇ ਕੁੱਟਿਆ। ਓਕੇ, ਹਾਂਜੀ, ਠੀਕ। ਸਰਦਾਰ ਜੀ, ਇੱਕ ਪਿਛਲੇ ਦਿਨੀ ਇੱਕ ਇੱਥੇ ਤੁਹਾਡੇ ਮਹੱਲੇ ਦੇ ਵਿੱਚ ਲੜਾਈ ਹੋਈ ਹੈਗੀ ਆ ਦੋ ਤਰ੍ਹਾਂ ਦੇ ਵਿੱਚ, ਅਸੀਂ ਵੀਡੀਓ ਦੇਖੀ ਹੈਗੇ ਆ, ਤੁਸੀਂ ਵੀ ਉਸ ਵੀਡੀਓ ਦੇ ਵਿੱਚ ਤੁਸੀਂ ਛੜਾਓ ਦਾ ਕੰਮ ਕਰਦੇ ਸੀ, ਇੱਕ ਦੂਜੇ ਨੂੰ ਪਰੇ ਕਰਦੇ ਸੀ, ਸਾਰਾ ਮਾਮਲਾ ਹੈ ਕੀ ਆ? ਰਾਤੀ ਫਿਰ ਇੱਕ ਅਟੈਕ ਹੋਇਆ ਸੁਖਵਿੰਦਰਪਾਲ ਦੇ ਘਰ ਦੇ ਉੱਤੇ, ਕੀ ਸਾਰਾ ਮਾਮਲਾ ਹੈਗਾ ਹੈ? ਸਾਰਾ ਮਾਮਲਾ ਜੀ, ਉਸ ਦਿਨ ਮੁੰਡਾ ਜਿਹੜਾ ਇਹ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਦਾ ਗੁਆਂਢੀ ਮੁੰਡਾ ਹੈਗਾ ਗਗਨਦੀਪ, ਉਹ ਮੁੰਡਾ ਆਟੋ ਚਲਾਉਂਦਾ, ਜਦੋਂ ਆਟੋ ਲੈ ਕੇ ਆਇਆ ਸ਼ਾਮ ਨੂੰ ਤੇ ਰਸਤੇ 'ਚ ਮੋਟਰਸਾਈਕਲ ਖੜੇ ਸੀ, ਆਟੋ ਲਾਉਣ ਬੈਕ ਕਰਨ ਲੱਗੇ ਤੇ ਮੋਟਰਸਾਈਕਲ ਡਿੱਗ ਪਿਆ ਜੀ, ਉਹ ਮੁੰਡਾ ਮੋਟਰਸਾਈਕਲ ਖੜਾ ਕਰਨ ਲੱਗਾ ਤੇ ਇਹਨਾਂ ਨੇ ਆ ਕੇ ਮੁੰਡੇ ਤੇ ਹਮਲਾ ਕਰਕੇ ਉਹਦਾ ਸਿਰ ਸੁਰ ਪਾੜ ਦਿੱਤਾ, ਕਾਫੀ ਸੱਟਾਂ ਮਾਰੀਆਂ। ਚਲੋ ਹੁਣ ਘਰ ਦਾ ਆਂਢ ਗੁਆਂਢ ਪਰਿਵਾਰ ਬਚਾਉਂਦਾ, ਆਪਣੇ ਬੱਚੇ ਨੂੰ ਬਚਾਇਆ, ਇਹਨਾਂ ਨੇ ਕੋਸ਼ਿਸ਼ ਕੀਤੀ ਆ, ਉਹ ਮੁੰਡਾ ਭੱਜ ਕੇ ਗੁਆਂਢੀਆਂ ਦੇ ਜਾ ਵੜਿਆ ਨੀ, ਗੁਆਂਢੀਆਂ ਦੇ ਘਰ ਤੇ ਜਾ ਕੇ ਉੱਥੇ ਵੀ ਉਹਨਾਂ ਦੀ ਵੀ ਕੁੱਟਮਾਰ ਕੀਤੀ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਚਲੋ ਆਪਣਾ ਜੋ ਹਥਿਆਰਬੰਦਾਂ ਦੇ ਮੋਹਰੇ ਅਗਲਾ ਭੱਜਦਾ ਜੀ ਜਾਨ ਬਚਾਉਣ ਲਈ। ਉਸ ਤੋਂ ਬਾਅਦ ਮੈਂ ਇਹਨਾਂ ਨੇ ਬੁੜੀਆਂ ਨੂੰ, ਸਾਡੇ ਜਿਹੜੀਆਂ ਕੁੜੀਆਂ ਜਨਾਨੀਆਂ ਹੋਰ ਛਡਾ ਰਹੀਆਂ, ਉਹਨਾਂ ਨੂੰ ਵੀ ਹੱਥੋਂ ਪਾਈ ਕੀਤੀ ਹੈ, ਔਰ ਮੈਂ ਜਦੋਂ ਨਹੀਂ ਹਟੇ ਮੈਂ ਮੌਕੇ ਤੇ ਕੋਸ਼ਿਸ਼, ਮੈਂ ਫਿਰ ਉਹ ਵੀਡੀਓ ਬਣਾਈ, ਮੈਂ ਕਿਹਾ ਬੰਦੇ ਪਛਾਣੀਏ ਕੌਣ ਆ, ਇਹਨਾਂ ਬੰਦਿਆਂ ਨੇ ਮੇਰਾ ਮੋਬਾਈਲ ਖੋਹ ਕੇ ਮੈਨੂੰ ਵੀ ਗਾਲੀ ਗਲੋਚ ਕੀਤਾ, ਖੋਹਣ ਦੀ ਕੋਸ਼ਿਸ਼ ਕੀਤੀ ਆ, ਗਾਲੀ ਗਲੋਚ ਕੀਤਾ, ਮੈਨੂੰ ਮਾਰਨ ਭੱਜਿਆ ਇਹ ਤੇ ਅਸੀਂ ਪੁਲਿਸ ਕੰਪਲੇਂਟ ਕੀਤੀ ਹੋਈ ਉਸ ਦਿਨ ਰਾਤ ਨੂੰ, ਕਾਰਵਾਈ ਨਹੀਂ ਹੋਈ ਉੱਤੇ, ਕਾਰਵਾਈ ਅਜੇ ਕੋਈ ਨਹੀਂ ਹੋਈ ਜੀ। ਮੇਰੇ ਲੜਕੇ ਬਲਜਿੰਦਰ ਸਿੰਘ ਨੂੰ ਧਮਕੀਆਂ ਦਿੱਤੀਆਂ ਗਈਆਂ, ਉਹ ਅੰਮ੍ਰਿਤਸਰ ਗਏ ਹੋਏ ਸੀ, ਉਸ ਦਿਨ ਧਮਕੀਆਂ ਦਿੱਤੀਆਂ, ਰਾਤ ਨੂੰ ਉਸ ਦਿਨ ਕੰਪਲੇਂਟ ਕਰਕੇ ਆਏ ਸੀ। ਰਾਤੀ ਫਿਰ ਹਮਲਾ ਹੋਇਆ ਸੁਖਵਿੰਦਰ, ਰਾਤੀ ਫਿਰ ਹਮਲਾ ਹੋਇਆ ਜੀ ਇਹ ਸੁਖਵਿੰਦਰ ਕੁਮਾਰ ਤੇ, ਇਹਦੇ ਕੋਈ ਦੱਸਦੇ ਆ ਵੀ ਰਾਜੀਨਾਮੇ ਨੂੰ ਕਰਵਾਉਣ ਲਈ ਦਬਾਅ ਪਾ ਰਿਹਾ ਸੀ ਤੇ ਇਹਨੂੰ ਧਮਕੀਆਂ ਪਹਿਲਾਂ ਵੀ ਮਿਲ ਰਹੀਆਂ ਸੀਗੀਆਂ ਇਹਨੂੰ ਮਾਰਨ ਦੀਆਂ, ਤੇ ਇਹਦੇ ਵਿੱਚ ਜਦੋਂ ਰਾਤ ਉਹ ਆਏ ਆ ਅਟੈਕ ਕਰਨ, ਇੱਥੋਂ ਅਟੈਕ ਕਰਨ ਆਏ ਆ ਤੇ ਸਾਡੇ ਵੀ ਗੇਟ ਦੇ ਮੋਹਰੇ ਖੜ ਕੇ ਖੰਡੇ ਲਹਿਰਾ ਕੇ ਗਿਆ, ਗਾਲਾਂ ਕੱਢ ਕੇ ਗਏ ਆ, ਤੇ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਤਾਂ ਉਸ ਟਾਈਮ ਭੱਜ ਗਏ ਸੀ। ਬੰਦੇ ਉਹੀ ਆ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਸਖਤ ਕਾਰਵਾਈ ਕੀਤੀ ਜਾਵੇ, ਜਿਹੜੇ ਮਹੱਲੇ ਦੇ ਮੁੰਡੇ ਨਾਲ ਰਲੇ ਹੋਏ ਬਾਹਰਲੇ ਮੁੰਡਿਆਂ ਨੂੰ ਸੱਦ ਕੇ ਮਹੱਲੇ 'ਚ ਵਾਰਦਾਤਾਂ ਕਰਵਾਉਂਦੇ ਆ, ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ, ਦੋਵਾਂ ਪਾਰਟੀਆਂ ਦੀ ਪਛਾਣ ਕਰਕੇ ਸਖਤ ਕਾਰਵਾਈ ਕੀਤੀ ਜਾਵੇ, ਬਾਹਰਲਿਆਂ ਦੀ ਵੀ ਔਰ ਮਹੱਲੇ ਵਾਲਿਆਂ ਦੀ ਵੀ, ਤਾਂ ਕਿ ਲੋਕ ਸ਼ਾਂਤੀ ਨਾਲ ਰਹਿ ਸਕਣ। ਭਾਜੀ ਕੀ ਨਾਮ ਆ ਤੁਹਾਡਾ? ਸੁਖਵਿੰਦਰ ਬ੍ਰਹਮਪੁਰੀ। ਕੀ ਹੈਪਨ ਹੋ ਗਿਆ ਰਾਤੀ? ਸਰ ਰਾਤੀ ਅਸੀਂ ਬੈਠੇ, ਪਰਸੋਂ ਦੀਆਂ ਧਮਕੀਆਂ ਮੈ ਰਹੀਆਂ ਤੇ ਕੱਲ ਵੀ ਜਦੋਂ ਮੈਂ ਰਾਜਾ ਸਾਹਿਬ ਦੇ ਮੁਜ਼ਾਰੇ ਗਿਆ ਤੇ ਸ਼ੀਲਾ ਪਿੱਛਾ ਕੀਤਾ ਜੀ, ਉਧਰੋਂ ਕੀ ਲੁਧਿਆਣੇ ਦੇ ਹੀ ਬੰਦੇ ਆਉਂਦੇ ਆ, 7-8 ਸਕੂਟਰੀਆਂ ਐਕਟਿਵਾ ਤੇ ਸੀ ਤੇ ਉਹ ਮੇਰੇ ਨਾਲ ਚੱਲ ਪਏ ਤਾਂ ਮੇਰਾ ਉੱਥੇ ਬਚਾਅ ਹੋ ਗਿਆ ਰਾਜਾ ਸਾਹਿਬ ਦੇ ਜਾਂਦੇ ਦਾ ਜੀ। ਰਾਤੀ ਹੀ ਜਦੋਂ 11:20 ਤੇ ਸਾਡੇ ਤੇ ਅਟੈਕ ਹੋਇਆ ਆ, ਉਹਨਾਂ ਨੇ ਖੰਡੇ ਚਲਾਏ ਆ ਜੀ। 11:26 ਤੇ ਜਦੋਂ ਭੱਜਣ ਲੱਗੇ ਮੈਂ ਦੂਸਰਾ ਗੇਟ ਖੜ ਕੇ ਦੇਖੇ ਤੇ ਸੋਨੂ ਦੇ ਘਰਾਂ ਲੋ ਇੱਟਾਂ ਚੱਲੀਆਂ ਆ, 8 ਮੋਟਰਸਾਈਕਲ ਸੀ, 16 ਬੰਦੇ ਸੀ, ਅਣਪਛਾਤੇ ਬੰਦੇ ਸੀ, ਬਾਕੀ 14 ਜਿਹੜੇ ਸੀਗੇ। ਘਟਨਾ ਕੀ ਰੰਜਸ਼ਾ ਨਾਲ ਹੋਈ ਜੀ? ਇਹ ਸਾਨੂੰ ਇੱਥੇ ਸਾਡੇ ਮਹੱਲੇ ਵਿੱਚ ਇੱਕ ਲੜਾਈ ਹੋਈ ਸੀਗੀ ਜੀ, ਅਸੀਂ ਉਹਨਾਂ ਦਾ ਵੀ ਪਤਾ ਲੈਣ ਗਏ ਤਾਂ ਇਹਨਾਂ ਦਾ ਵੀ ਪਤਾ ਲੈਣ ਗਏ, ਇਹਨਾਂ ਨੇ ਹੀ ਪਰਸੋਂ ਮੈਨੂੰ ਕਿਹਾ ਵੀ ਸਾਡਾ ਰਾਜੀਨਾਮਾ ਕਰਾ ਦਿਓ। ਮੈਂ ਕਿਹਾ ਮੈਂ ਨਹੀਂ ਕਰਾ ਸਕਦਾ, ਸੱਟਾਂ ਜ਼ਿਆਦੀਆਂ ਆ। ਉਹ ਕਹਿੰਦੇ ਨਹੀਂ ਕਰਾਉਣਾ। ਮੈਂ ਕਿਹਾ ਨਹੀਂ ਕਰਾਉਣਾ ਜੀ। ਇਹ ਸ਼ਰਾਮ ਸ਼ੁਣਾ ਦੇ ਕੱਢਣ ਦੇ ਨਾਲ ਹੀ ਮੇਰੇ ਤੇ ਅਟੈਕ ਕੀਤਾ ਰਾਤੀ ਜੀ। ਜੀ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਆ? ਸਾਂਝੀ ਸਰ ਪੁਲਿਸ ਕੰਪਲੇਂਟ ਕੀਤੀ ਆ ਰਾਤੀ, SHO ਮੌਕੇ ਤੇ ਆਏ ਸੀਗੇ। ਠੀਕ ਆ ਜੀ। ਪ੍ਰਸ਼ਾਸਨ ਦਾ ਮੰਗ ਕਰਦੇ ਵੀ ਇਹਨਾਂ ਨੂੰ ਨੱਥ ਪਾਈ ਜਾਵੇ, ਇਹਨਾਂ ਦੇ ਚੱਕੇ ਪਰਚੇ ਕੀਤੇ ਜਾਣ।
ਠੀਕ ਹੈ ਜੀ। ਉਦੋਂ ਬਾਅਦ ਇਹਨਾਂ ਨੂੰ ਜੇਲ੍ਹਾਂ 'ਚ ਭੇਜਣੇ ਵੀ ਮੜ ਕੇ ਅੱਜ ਸਾਡੇ 'ਤੇ ਅਟੈਕ ਹੋਇਆ ਕੱਲ੍ਹ ਨੂੰ ਫੇਰ ਹੋ ਸਕਦਾ। ਇਹ ਹੀ ਸਤਨਾਮ ਸਿੰਘ ਨੂੰ ਅਸੀਂ ਸਵੇਰੇ ਫੋਨ ਵੈਸੇ ਕੀਤਾ, ਚਲੋ ਵੱਡੇ ਭਰਾ ਦੇ ਤੌਰ 'ਤੇ ਸਾਬੀ ਦੇ ਡੈਡੀ ਨੂੰ ਵੀ, ਭਾਅ ਜੀ ਵੀ ਆਹ ਗੱਲ ਇੱਦਾਂ ਹੋ ਚੁੱਕੀ ਆ। ਉਹ ਕਹਿੰਦਾ ਵੀ ਅਸੀਂ ਤੇਤੇ ਹੀ ਉਲਟ ਪਰਚਾ ਕਰਾਉਣਾ। ਸਤਨਾਮ ਸਿੰਘ ਕਹਿੰਦਾ ਸਾਬੀ ਦਾ ਡੈਡੀ, ਠੀਕ ਹੈ ਜੀ, ਕਹਿੰਦਾ ਵੀ ਅਸੀਂ ਤਿੰਨ ਵੀ ਬਣਾਉਣੇ ਅਤੇ ਬਾਕੀ ਤੇਰੇ ਨਾਲ ਦੇ ਹੀ ਬਣਾਉਣੇ ਆ ਜੀ। ਆਹ ਚੱਕਰ ਹੋਇਆ ਸਰ, ਇਹ ਵੀ ਸਾਡਾ ਰਾਜੀਨਾਮਾ ਨਹੀਂ ਕਰਾ ਰਹੇ ਤੁਸੀਂ ਰਾਜੀਨਾਮੇ ਕਰਕੇ ਤੁਹਾਡਾ ਚੱਕਰ ਫਸਿਆ? ਜੀ ਜੀ ਹਾਂਜੀ ਹਾਂਜੀ, ਆਹ ਚੱਕਰ ਆ ਜੀ। ਸਰ ਪਰਸੋਂ ਸ਼ਾਮ ਮਹੱਲਾ ਬ੍ਰਹਮਪੁਰੀ ਰੋਡ ਦੇ ਉੱਤੇ ਬਹੁਤ ਤਰ੍ਹਾਂ ਵਿੱਚ ਲੜਾਈ ਹੋਈ ਸੀ, ਜਿਹਦੇ ਵਿੱਚ ਕਾਫੀ ਬੰਦੇ ਇੰਜਰਡ ਹੋ ਗਿਆ ਸੀ। ਇੱਕ ਦਿਨ ਰਾਤੀ ਫਿਰ ਦੁਬਾਰਾ ਇੱਕ ਸੁਖਵਿੰਦਰ ਕੁਮਾਰ ਨਾਮੀ ਵਿਅਕਤੀ ਦੇ ਘਰ ਦੇ ਉੱਤੇ ਹਮਲਾ ਕੀਤਾ ਹੈਗਾ ਸਰ, ਤੁਸੀਂ ਮੌਕੇ 'ਤੇ ਗਏ ਸੀ, ਸਰ ਕੀ ਸਾਰਾ ਮਾਮਲਾ ਹੈਗਾ, ਕੋਈ ਬੰਦਾ ਅਰੈਸਟ ਹੋਇਆ ਨਹੀਂ? ਜੋ ਗਗਨਦੀਪ ਸਿੰਘ ਸਾਨੋ ਜੋਗਾ ਸਿੰਘ ਵਾਸੀ ਮਹੱਲਾ ਬ੍ਰਹਮਪੁਰੀ ਨੂੰ, ਕੋਹਿਨੂਰ ਸਿੰਘ ਸਾਨੋ ਸਤਨਾਮ ਸਿੰਘ ਵਾਸੀ ਪਿੰਡ ਕਾਂਗਰਾਈਆਂ ਅਤੇ ਉਸਦੇ ਹੋਰ ਸਾਥੀਆਂ ਨੇ ਪਰਸੋਂ ਜੋ ਉਹਦੇ ਉੱਤੇ ਹਮਲਾ ਕਰਕੇ ਉਹਨੂੰ ਜ਼ਖਮੀ ਕੀਤਾ ਸੀ, ਜੋ ਹੋਸਪਿਟਲ ਵਿੱਚ ਐਡਮਿਟ ਆ, ਜਿਸ ਦੀ ਸਾਨੂੰ ਜੋ MLR ਕਲੈਕਟ ਨਹੀਂ ਅਜੇ ਤੱਕ ਹੋਈ, ਜੋ MLR ਕਲੈਕਟ ਹੋਣ 'ਤੇ ਉਹਦੀ ਸਟੇਟਮੈਂਟ ਸਕੋਰਡ ਕਰਕੇ ਜੋ ਵੀ ਇੰਜਰੀ ਰਿਪੋਰਟ ਹੋਏਗੀ ਉਹਦੇ ਮੁਤਾਬਕ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ, ਅਤੇ ਜਿਹੜੇ ਸੰਬੰਧ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ। ਠੀਕ ਹੈ ਸਰ, ਇੱਕ ਰਾਤੀ ਫਿਰ ਇੱਕ ਹਮਲਾ ਕੀਤਾ ਇੱਕ ਘਰ ਦੇ ਉੱਤੇ, ਸੁਖਵਿੰਦਰ ਕੁਮਾਰ ਸਾਨੂੰ ਭਜਨ ਲਾਲ ਨੇ ਬਿਆਨ ਦਿੱਤਾ ਹੈਗਾ ਕਿ ਮੇਰੇ ਘਰ ਦੇ ਉੱਤੇ ਵੀ ਉਹਨਾਂ ਬੰਦਿਆਂ ਜੋ ਰਾਤ ਮੈਨੂੰ ਮੈਸੇਜ ਮਿਲਿਆ ਸੀ, ਮੈਂ 5 ਮਿੰਟ ਤੋਂ ਪਹਿਲਾਂ ਵੀ ਉੱਥੇ ਪਹੁੰਚ ਗਿਆ ਸੀ, ਕਿ ਇੱਥੇ ਕੋਹਿਨੂਰ ਸਿੰਘ ਦੇ ਹੋਰ ਸਾਥੀ ਜਿਹੜੇ ਅਣਪਛਾਤੇ ਸੀ ਉਹ ਦੁਬਾਰਾ ਇੱਥੇ ਘੁੰਮ ਰਹੇ ਸੀ, ਔਰ ਉਹ ਪੁਲਿਸ ਪਾਰਟੀ ਦੇ ਜਾਣ ਤੱਕ ਉੱਥੋਂ ਭੱਜ ਚੁੱਕੇ ਸੀ। ਜੋ ਸੁਖਵਿੰਦਰ ਕੁਮਾਰ ਸਾਨੂੰ ਭਜਨ ਲਾਲ ਦੇ ਗੇਟ ਦੇ ਵਿੱਚ ਉਹਨਾਂ ਨੇ ਕੋਈ ਦਾਤਰ ਕੁਰਬਾਨਾ ਮਾਰ ਕੇ ਗਏ ਨੇ, ਉਸਦੀ ਵੀ ਅਲੱਗ ਤੋਂ ਕਾਰਵਾਈ ਚੱਲ ਰਹੀ ਆ, ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ, ਉਹਨਾਂ 'ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇਗੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।